ਸੰਤਾ ਬੰਤੇ ਨੂੰ ਲੱਗਾ ਕਹਿਣ ਜਾ ਕੇ ਮੌਸਮ ਲੀਡਰੀ ਦਾ ਲੀਡਰ ਬਣਵੀਆਂ। ਸੰਤਾ ਬੰਤੇ ਨੂੰ ਲੱਗਾ ਕਹਿਣ ਜਾ ਕੇ ਮੌਸਮ ਲੀਡਰੀ ਦਾ ਲੀਡਰ ਬਣਵੀਆਂ। ਮੋਟੀ ਫੀਮ ਖਾ ਕੇ ਦੇ ਦੇਈ ਭਾਸ਼ਣ, ਤੇਰੀ ਤਕਰੀਰ ਵਿੱਚ ਆਜੂਗਾ ਕਣਵੀਆਂ। ਲੱਗਾ ਹੋਊਗਾ ਕੈਮਰਾ ਮੀਡੀਆ ਦਾ, ਉਹਦੇ ਸਾਹਮਣੇ ਜਾਈ ਤੂੰ ਤਣਵੀਆਂ। ਭਾਸ਼ਣ ਵਿੱਚ ਵੀ ਕਰੀ ਤਲਵਾਰਬਾਜ਼ੀ, ਵੋਟਾਂ ਆਈਆਂ ਤਾਂ ਸਮਝੀ ਰਣਵੀਆਂ, ਵੋਟਾਂ ਆਈਆਂ ਤਾਂ ਸਮਝੀ ਰਣਵੀਆਂ। ਨਸ਼ਾ ਕਰਕੇ ਭਾਸ਼ਣ ਦੇਣ ਵਾਲੇ ਲੀਡਰਾਂ ਦੇ, ਜੋ ਨਸ਼ਾ ਕਰਕੇ ਨਸ਼ਾ ਛਡਾਊ ਭਾਸ਼ਣ ਦਿੰਦੇ ਨੇ, ਉਹਨਾਂ 'ਤੇ ਵਿਅੰਗ ਕਰਦੀਆਂ ਇਹਨਾਂ ਲਾਈਨਾਂ ਦੇ ਨਾਲ। ਮੈਂ ਜਗਤਾਰ ਜੱਗੀ ਹਾਜ਼ਰ ਹਾਂ ਇੱਕ ਵਾਰ ਫਿਰ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਜ਼ਾਇਨੂ ਜਲਵੇ ਜੱਗੀ ਦੇ ਵਿੱਚ। ਗੱਲਾਂ ਬਾਤਾਂ ਅੱਜ ਕਰਾਂਗੇ ਤੁਹਾਡੇ ਨਾਲ। ਫਿਰ ਅੱਜ ਦਿਨ ਜਿਹੜਾ ਹੁੰਦਾ ਖਬਰਾਂ ਫਿਲਹਾਲ ਮੈਂ ਉਹ ਲਿਆਉਣਾ ਜਿਹੜੀਆਂ ਇੰਟਰਸਟਿੰਗ ਹੁੰਦੀਆਂ, ਜਿਹੜੀਆਂ ਦੁਨੀਆ ਦੀਆਂ ਅਜੀਬੋ ਗਰੀਬ ਖਬਰਾਂ ਹੁੰਦੀਆਂ। ਦੁਨੀਆ ਰੰਗ ਬਿਰੰਗੀ ਆ, ਉਹ ਰੰਗ ਬਿਰੰਗੀ ਦੁਨੀਆ ਦੇ ਵਿੱਚ ਰੰਗ ਬਿਰੰਗੀਆਂ ਖਬਰਾਂ ਨੇ। ਅਸੀਂ ਜਿੱਥੇ ਭਾਰਤ ਦੀ ਗੱਲ ਕਰਦੇ ਹਾਂ, ਉੱਥੇ ਖਬਰਾਂ ਤਕਰੀਬਨ ਜਿੰਨੀਆਂ ਹੁੰਦੀਆਂ ਨੇ ਪੰਜਾਬ ਦੀਆਂ, ਜਾਂ ਭਾਰਤ ਦੀਆਂ ਟੀ ਵੀ ਦੇਖ ਲਓ, ਅਖਬਾਰਾਂ ਪੜ੍ਹ ਲਓ, ਤਾਂ ਤਕਰੀਬਨ ਇੱਕੋ ਜਿਹੀਆਂ ਖਬਰਾਂ ਹੁੰਦੀਆਂ ਨੇ। ਪਰ ਇਹਦੇ ਵਿੱਚ ਸੱਚੀਆਂ ਖਬਰਾਂ ਦੇ ਵਿੱਚ ਫਿਰ ਵੀ ਭਾਰਤ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਲੱਭ ਜਾਂਦੀਆਂ ਨੇ ਜਿਹੜੀਆਂ ਹੈਰਾਨ ਕਰਦੀਆਂ ਨੇ ਅਤੇ ਕਈ ਪਰੇਸ਼ਾਨ ਕਰਦੀਆਂ ਨੇ। ਖੈਰ, ਕਿਹੜੀਆਂ ਖਬਰਾਂ ਨੇ ਅੱਜ ਉਹ ਤੁਹਾਡੇ ਰੂਬਰੂ ਕਰਨੀਆਂ, ਲੈ ਕੇ ਆਏ ਹਾਂ ਜੀ ਉੱਡਦੀਆਂ ਖਬਰਾਂ। ਔਰ ਉੱਡਦੀਆਂ ਖਬਰਾਂ ਦੇ ਵਿੱਚ ਜਿਹੜੀਆਂ ਖਬਰਾਂ ਸਾਂਝੀਆਂ ਕਰਨੀਆਂ, ਸ਼ੁਰੂ ਕਰਦੇ ਹਾਂ ਪਹਿਲੀ ਖਬਰ। ਲਓ ਜੀ, ਸੌਦਾ ਵੇਚਣ ਦੇ ਤਰੀਕੇ ਜਿਹੜੇ ਆ ਵੱਖਰੇ ਵੱਖਰੇ ਹੁੰਦੇ ਆ। ਸੌਦਾ ਵੇਚਣ ਵਾਸਤੇ ਕੰਪਨੀਆਂ ਜਿਹੜੀਆਂ ਕਈ ਕੁਛ ਕਰਦੀਆਂ, ਖਾਸ ਤੌਰ 'ਤੇ ਗੱਲ ਕਰੀਏ ਤਾਂ ਗਾਹਕਾਂ ਨੂੰ ਲਾਲਚ ਦੇ ਕੇ ਸੌਦਾ ਵੇਚਣਾ ਹੁੰਦਾ। ਫਿਰ ਦੂਜਾ ਇਹ ਹੁੰਦਾ ਸੌਦਾ ਵੇਚਣ ਵੇਲੇ ਵੀ ਸੌਦੇ ਦੀ ਡਿਮਾਂਡ ਜਦੋਂ ਵੱਧੇ ਤਾਂ ਸਪਲਾਈ ਘਟਾ ਦਿਓ। ਚਲੋ, ਇਹ ਸੌਦੇ ਦੀ ਗੱਲ ਹੈ। ਸੌਦੇ ਦੀ ਗੱਲ ਮੈਂ ਕਿਉਂ ਕੀਤੀ ਹੈ, ਇਹ ਖਬਰ ਪੜ੍ਹ ਕੇ ਤੁਹਾਨੂੰ ਸਮਝ ਆਊਗੀ ਜਿਹੜੀ ਮੈਂ ਪਹਿਲੀ ਪੜ੍ਹਨ ਲੱਗਾ। ਖਬਰ ਇਹ ਹੈ, ਇੱਕ ਸੌਸ ਜਿਹੜੀ ਅਸੀਂ ਸੌਸ ਦਾ ਪੈਕਟ ਹੁੰਦਾ, ਪਾਊਚ ਹੁੰਦਾ ਨਿੱਕਾ ਜਿਹਾ, ਸੌਸ ਜਿਹਦੇ 'ਚ ਹੁੰਦੀ ਹੈ, ਚਿੱਲੀ ਸੌਸ ਹੁੰਦੀ, ਕਦੇ ਕੋਈ ਸੌਸ ਹੁੰਦੀ ਹੈ, ਟਮੈਟੋ ਸੌਸ ਹੁੰਦੀ ਹੈ, ਅਸੀਂ ਕੋਈ ਚੀਜ਼ ਲੈਂਦੇ, ਬਰਗਰ ਲੈਂਦੇ, ਕੁਝ ਦਿੰਦੇ ਨਾਲ, ਨਿੱਕੇ ਨਿੱਕੇ ਪਾਊਚ ਜਿਹੜੇ ਦਿੰਦੇ ਨੇ। ਖਬਰ ਇਹ ਹੈ ਵੀ ਉਹਦੇ ਬਦਲੇ ਇੱਕ ਮਹਿੰਗੀ ਕਾਰ ਕੁੜੀ ਨੂੰ ਮਿਲੀ ਹੈ ਸੌਸ ਦੇ ਬਦਲੇ। ਕਾਰ ਉਹ ਘਰ ਲਿਆਈ ਅਤੇ ਲੋਕਾਂ ਨੇ ਪੁੱਛਿਆ ਕਿੰਨੇ ਦੀ ਲਿਆਂਦੀ, ਕਿੰਨੇ ਦੀ ਕਾਰ ਆਈ ਇਹ, ਜਿੰਨੇ ਦੇ ਪੁੱਛਿਆ ਉਹ ਕਹਿੰਦੇ ਵੀ ਇੱਕ ਸੌਸ ਦਾ ਬੈਗ ਜਿਹੜਾ ਪਾਊਚ ਆ ਉਹਦੇ ਬਦਲੇ ਆਈ ਆ। ਸਾਰੇ ਹੈਰਾਨ ਹੁੰਦੇ, ਮੈਂ ਵੀ ਹੈਰਾਨ ਹੋਇਆ ਖਬਰ ਪੜ੍ਹ ਕੇ ਜੋ ਟਾਈਟਲ ਪੜ੍ਹਿਆ ਅਤੇ। ਪਰ ਸੱਚੀ ਖਬਰ ਆ, ਮਹਿੰਗੀ ਕਾਰ ਉਹਨੇ ਲਈ ਹੈ, 23 ਸਾਲਾ ਰੇਚਲ ਕੁੜੀ ਦਾ ਨਾਂ। ਹੋਇਆ ਕਿ ਇੱਕ ਟੀ ਵੀ ਸ਼ੋਅ ਚੱਲਦਾ ਸੀ, ਟੀ ਵੀ ਸ਼ੋਅ ਦੇ ਵਿੱਚ ਆ ਜਿਹੜੀ ਕੰਪਨੀ ਹੈ ਬਰਗਰ ਵਾਲੀ ਮੈਕਡੋਨਲਡ, ਟੀ ਵੀ ਸ਼ੋਅ ਦੇ ਵਿੱਚ ਉਹਨਾਂ ਨੇ ਇੱਕ ਸੌਸ ਕਹਿੰਦੇ ਨਵੀਂ ਲਾਂਚ ਕੀਤੀ ਅਤੇ ਉੱਥੇ 20 ਪੈਕਟ ਜਿਹੜੇ ਉਹਦੇ ਸੀ, 20 ਪਾਊਚ ਸਿਰਫ ਉਹ ਦੇਣੇ ਸੀ ਲੋਕਾਂ ਨੂੰ, ਵੰਡਣੇ ਸੀ। ਸੈਂਕੜੇ ਲੋਕ ਉੱਥੇ ਬੈਠੇ ਸੀਗੇ, 20 ਪਾਊਚ, ਔਰ ਲੋਕਾਂ 'ਚ ਕਰੇਜ਼ ਸੀ, ਕੋਈ ਹੋਣੀ ਇਹੋ ਜਿਹੀ ਸੌਸ ਕੋਈ ਖਾਸ ਹੋਊਗੀ, ਹੁਣ ਆਪਾਂ ਨੂੰ ਤਾਂ ਪਤਾ ਨਹੀਂ, ਆਪਾਂ ਤਾਂ ਜਿਹੜੀ ਇਮਲੀ ਦੀ ਬਣਾ ਕੇ ਚਟਨੀ ਤਾਂ ਉਹਨੇ ਪਕੌੜੇ ਖਾਂਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ, ਇੱਥੇ ਚਲੋ ਸੌਸਾਂ ਆ ਗਈਆਂ, ਉਹ ਪਤਾ ਨਹੀਂ ਕਿਹੜੀ ਖਾਸ ਸੌਸ ਹੋਣੀ ਜਿਹਦੀ ਸਾਰਿਆਂ 'ਚ ਬੜਾ ਕਰੇਜ਼ ਸੀ, ਸਾਰੇ ਸੌਸ ਦੇ ਮਗਰ, ਅਸੀਂ ਵੀ ਸੌਸ ਲੈਣੀ, ਅਸੀਂ ਵੀ ਲੈਣੀ ਹੈ। ਅਖੀਰ ਰੇਚਲ ਕੁੜੀ ਜਿਹੜੀ ਹੈ ਅਤੇ ਨਾਲ ਇਹਦਾ ਫਰੈਂਡ ਸੀ, ਇਹ ਕਿਸੇ ਨਾ ਕਿਸੇ ਤਰ੍ਹਾਂ ਇੱਕ ਪਾਊਚ ਜਿਹੜਾ ਸੌਸ ਦਾ, ਕਿੰਨੇ 10-20 ਗ੍ਰਾਮ ਦਾ ਹੁੰਦਾ ਹੋਣਾ, ਉਹ ਇਹਨਾਂ ਨੂੰ ਮਿਲ ਗਿਆ। ਕਾਰ ਕਿਵੇਂ ਜਿੱਤੀ, ਹੁਣ ਸਵਾਲ ਇਹ ਖੜ੍ਹਾ ਹੁੰਦਾ। ਇਹ ਪਾਊਚ ਇਹਨਾਂ ਨੇ ਪਾਤਾ ਫੇਸਬੁੱਕ 'ਤੇ ਵੀ ਸਾਡੇ ਕੋਲ ਆਹ ਇੱਕ ਪਾਊਚ ਹੈਗਾ ਸੌਸ ਦਾ। ਲਓ ਜੀ, ਫੇਸਬੁੱਕ 'ਤੇ ਉਹਨਾਂ ਨੂੰ ਔਫਰ ਆਉਣੀਆਂ ਸ਼ੁਰੂ ਹੋ ਗਈਆਂ। ਕੋਈ ਕਹਿੰਦਾ ਜੀ ਮੈਨੂੰ ਕੋਈ ਇੰਨੇ ਪੈਸੇ ਲੈ ਲਓ ਮੈਨੂੰ ਦੇ ਦਿਓ, ਕੋਈ ਕਹਿੰਦਾ ਇੰਨੇ ਪੈਸੇ ਲੈ ਲਓ ਮੈਨੂੰ ਦੇ ਦਿਓ। ਫਿਰ ਇੱਕ ਬੰਦੇ ਨੇ ਔਫਰ ਕੀਤੀ ਵੀ ਮੇਰੀ ਕਾਰ ਹੈਗੀ ਆ ਫਲਾਨਾ ਮਾਡਲ, ਮਹਿੰਗੇ ਭਾਅ ਦੀ ਕਾਰ ਹੈ, ਵੀ ਮੈਂ ਤੈਨੂੰ ਇਸ ਸੌਸ ਦੇ ਬਦਲੇ ਇਹ ਕਾਰ ਦੇ ਦਿੰਦਾ। ਫਿਰ ਇਹ ਰੇਚਲ ਨੇ ਸੋਚਿਆ ਵੀ ਐਡੀ ਵੀ ਸੌਸ ਵਾਲੀ ਗੱਲ ਨਹੀਂ, ਕੋਈ ਨਹੀਂ ਬਿਨਾਂ ਸੌਸ ਤੋਂ ਖਾ ਲਾਂਗੇ ਪਕੌੜੇ ਜਿਹੜੇ ਖਾਣੇ ਆ, ਜਾਂ ਹੋਰ ਸੌਸ ਨਾਲ ਖਾ ਲਾਂਗੇ, ਐਡੀ ਕਿਹੜੀ ਗੱਲ ਆ। ਤਾਂ ਇਹਨੇ ਕਾਰ ਦੇ ਬਦਲੇ, ਮਹਿੰਗੀ ਦੇ ਬਦਲੇ ਉਹ ਪਾਊਚ ਜਿਹੜਾ ਸੌਸ ਦਾ ਉਹ ਦੇ ਦਿੱਤਾ। ਇੱਦਾਂ ਇਹਨੇ ਕਾਰ ਜਿੱਤੀ ਆ ਅਤੇ ਔਰ ਉਸ ਸੌਸ ਨੂੰ ਹੁਣ ਜਿਹੜੇ ਮਰਜ਼ੀ ਭਾਅ ਵੇਚੀ ਜਾਣ ਉਹ ਮੈਕਡੋਨਲਡ ਵਾਲੇ। ਸੋ ਇਹ ਹੁੰਦਾ ਸੌਦਾ ਵੇਚਣ ਦਾ ਤਰੀਕਾ ਕੰਪਨੀਆਂ ਦਾ, ਆਪੋ ਆਪਣਾ ਤਰੀਕਾ ਹੈ। ਪੰਜਾਬ ਦੇ ਵਿੱਚ ਸੇਲਾਂ ਲਾ ਦਿੰਦੇ ਨੇ, ਇੱਕ ਨਾ ਇੱਕ ਫਰੀ, ਇੱਕ ਨਾ ਐਂ ਇੰਨੇ ਲਓ ਇੰਨੇ,
ਹੋਰ ਤਾਂ ਹੋਰ ਇਹ ਵੀ ਹੋ ਗਿਆ ਦੱਸੋ, ਪੰਜਾਬ ਦੇ ਵਿੱਚ ਸੇਲਾਂ ਦੀ ਗੱਲ ਕੀਤੀ ਹੈ, ਸੌਦੇ ਦੀ ਗੱਲ ਕੀਤੀ ਹੈ, ਡਿਸਕਾਊਂਟ ਦੀ ਗੱਲ ਕੀਤੀ ਹੈ, ਹਸਪਤਾਲਾਂ ਦੇ ਵਿੱਚ ਹੋ ਗਿਆ ਦਿਲ ਦਾ ਆਪਰੇਸ਼ਨ ਕਰਾਉਣ ਵਾਲੇ ਨੂੰ ਗੋਡਿਆਂ ਦਾ ਆਪਰੇਸ਼ਨ ਫ੍ਰੀ। ਚਲੋ ਕਰ ਲਓ ਘਿਓ ਨੂੰ ਭਾਂਡਾ, ਅਗਲੇ ਦੇ ਗੋਡੇ ਨਾ ਵੀ ਦੇਖਦੇ ਹੁਣ ਤਾਂ ਵੀ ਆਪਰੇਸ਼ਨ ਫ੍ਰੀ। ਚਲੋ ਲਓ ਜੀ, ਹੁਣ ਇੱਕ ਕੁੜੀਆਂ ਨੂੰ, ਔਰਤਾਂ ਨੂੰ, ਮਹਿਲਾਵਾਂ ਨੂੰ ਲੰਬੇ ਵਾਲ ਰੱਖਣ ਦਾ ਬਹੁਤ ਸ਼ੌਕ ਹੁੰਦਾ, ਔਰ ਜਦੋਂ ਅਕਸਰ ਦੇਖਿਆ ਜਿਨ੍ਹਾਂ ਦੇ ਵਾਲ ਛੋਟੇ ਨੇ, ਹੁਣ ਅੱਜ ਕੱਲ੍ਹ ਤਾਂ ਖੈਰ ਛੋਟੇ ਆਪ ਕਰ ਲੈਂਦੇ, ਜਿੰਨੇ ਮਰਜ਼ੀ ਲੰਬੇ ਹੋਣ ਬੁਆਏ ਕੱਟ ਜਿਹੇ ਕਰ ਲੈਂਦੀਆਂ, ਨਹੀਂ ਆਮ ਤੌਰ 'ਤੇ ਪੰਜਾਬ 'ਚ ਦੇਖਿਆ ਸੀਗਾ ਵੀ ਜਿਨ੍ਹਾਂ ਦੇ ਵਾਲ ਛੋਟੇ ਆ ਜਦੋਂ ਕਿਸੇ ਲੰਬੇ ਵਾਲਾਂ ਵਾਲੀ ਕੁੜੀ ਨੂੰ ਦੇਖਦੀਆਂ ਤਾਂ ਨਾਲ ਇੱਕ ਹਾਜੀ ਉੱਠਦੀ ਦਿਲ 'ਚੋਂ, ਕਾਸ਼ ਮੇਰੇ ਵੀ ਵਾਲ ਇੰਨੇ ਲੰਬੇ ਹੁੰਦੇ, ਕਾਸ਼ ਮੇਰੇ ਵੀ ਵਾਲ ਇੰਨੇ ਲੰਬੇ ਹੁੰਦੇ। ਅਤੇ ਵਾਲਾਂ ਦੀ ਗੱਲ ਕੀਤੀ, ਮੈਂ ਇੱਕ ਪਿੱਛੇ ਦੇ ਫੋਟੋ ਦਿਖਾਈ ਸੀਗੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ, ਨਾਮ ਦਰਜ ਆ ਉਸ ਜਨਾਨੀ ਦਾ, 52 ਫੁੱਟ ਦੇ ਵਾਲ ਨੇ ਉਹਦੇ, 52 ਫੁੱਟ ਦੇ, 56 ਇੰਚ ਦਾ ਸੀਨਾ ਮੋਦੀ ਸਾਹਿਬ ਦਾ, ਅਤੇ 52 ਫੁੱਟ ਦੇ ਉਹਦੇ ਵਾਲ ਨੇ। ਉਹ ਪਿੱਛੇ ਤੱਕ ਲੈ ਜਾਂਦੀ ਕਾਰ ਕੂਰ ਧੂੰਦੀ। ਅਤੇ ਇਹ ਜਿਹੜੀ ਲੇਡੀ ਹੈਗੀ ਹੈ, ਇਹਦੇ ਵਾਲ ਪਹਿਲਾਂ ਛੋਟੇ ਸੀ, 2 ਸਾਲ ਪਹਿਲਾਂ ਇਹਨੇ ਕੱਟਣੇ ਬੰਦ ਕਰਤੇ। ਨਾਮ ਲੇਡੀ ਦਾ ਹੈਗਾ, ਲੰਡਨ ਦੀ ਹੈਗੀ ਆ, ਮਿਲਗੁਰਜ਼ਾਤਾ ਕੁਲਜ਼ਾਇਕ, ਇਹ ਨਾਮ ਆ ਜੀ ਇਹਦਾ। ਅਤੇ ਇਹ ਵਾਲ ਇਹਦੇ ਹੁਣ ਹੈਗੇ ਜੀ ਅੱਡੀਆਂ ਤੱਕ ਆਉਂਦੇ ਨੇ। ਅਤੇ ਇਹ ਕਹਿੰਦੀ ਮੈਂ ਕਈ ਵਾਰੀ ਉਹਦਾ ਵਾਲਾਂ ਦਾ ਗਾਊਨ ਬਣਾ ਲੈਂਦੀ, ਇੰਨੇ ਕੁ ਭਾਰੇ ਵਾਲ ਆ ਜਿੰਮੀ ਸਾਹਿਬ ਦਿਖਾਓ, ਔਰ ਇੰਨੇ ਕੁ ਲੰਬੇ ਵਾਲ ਨੇ ਔਰ ਸੋਹਣੇ ਵਾਲ ਨੇ, ਐਸੀ ਗੱਲ ਨਹੀਂ, ਗਿੱਟਿਆਂ ਤੱਕ ਵਾਲ ਹੈਗੇ ਨੇ ਇਹ। ਅਤੇ ਇਹੋ ਜਿਹੇ ਜ਼ਿਆਦਾ ਲੰਬੇ ਵਾਲ ਹੋਣ ਤਾਂ ਘਰ ਦੇ ਵਿੱਚ ਮੇਰੇ ਖਿਆਲ ਝਾੜੂ ਮਾਰਨ ਦੀ ਲੋੜ ਨਹੀਂ, ਵਾਲ ਖੋਲ੍ਹ ਕੇ ਗੇੜਾ ਜਿਹਾ ਦੇ ਲਓ ਅਤੇ ਮਾੜੀ ਮੋਟੀ ਸਫਾਈ ਜਿਹੜੀ ਹੋ ਜਾਂਦੀ ਹੈ। ਅਤੇ ਹੁਣ ਜਿਹੜੀਆਂ ਲੇਡੀਜ਼ ਦੇਖ ਰਹੀਆਂ ਨੇ ਇਹਨਾਂ ਵਾਲਾਂ ਨੂੰ, ਉਹਨਾਂ ਦੇ ਦਿਲ ਦੇ ਵਿੱਚ ਤਾਂ ਹਾਂ ਜ਼ਰੂਰ ਉੱਠੀ ਹੋਊਗੀ ਵੀ ਹਾਏ ਹਾਏ ਮੈਂ ਮਰ ਜਾਂ, ਇੰਨੇ ਲੰਮੇ ਵਾਲ, ਇੰਨੇ ਸੋਹਣੇ ਵਾਲ, ਅਜ ਕਾਸ਼ ਮੇਰੇ ਵੀ ਹੁੰਦੇ। ਅਤੇ ਇਹ ਸਵਾਲ ਵੀ ਜ਼ਰੂਰ ਉੱਠਿਆ ਹੋਊਗਾ ਵੀ ਇਹਦੇ ਵਾਲ ਇੰਨੇ ਲੰਬੇ ਕਿਉਂ ਹੈ। ਇਹਨੂੰ ਪੁੱਛਿਆ ਸੀ ਜਦੋਂ, ਉਹਨੇ ਫਿਰ ਜਵਾਬ ਦਿੱਤਾ ਇਹਨੇ, ਮੈਡਮ ਨੇ ਕਹਿੰਦੀ ਮੇਰੇ ਇੰਨੇ ਲੰਬੇ ਵਾਲ ਆ ਵੀ ਮੈਂ ਖੱਟੀ ਲੱਸੀ ਨਾਲ ਨਹਾਉਂਦੀ ਹਾਂ। ਨਹੀਂ ਸੋਰੀ ਸੱਚ, ਖੱਟੀ ਲੱਸੀ ਤਾਂ ਇੰਗਲੈਂਡ 'ਚ ਹੁੰਦੀ ਨਹੀਂ। ਇਹ ਕਹਿੰਦੀ ਮੈਂ ਸ਼ੈਂਪੂ ਨਾਲ ਨਹਾਉਂਦੀ ਹਾਂ ਰੋਜ਼, ਅਤੇ ਨਾਰੀਅਲ ਦਾ ਤੇਲ ਲਾਉਂਦੀ ਹਾਂ, ਅਤੇ ਮੇਰੇ ਵਾਲ ਤਾਂ ਇੰਨੇ ਵੱਧ ਗਏ ਨੇ। ਸੋ ਮੇਰਾ ਖਿਆਲ ਖੱਟੀ ਲੱਸੀ ਜੋ ਨਹਾਉਂਦੇ ਸੀ ਉਹਦੇ ਵੀ ਵਾਲ ਲੰਬੇ ਹੁੰਦੇ ਸੀ, ਵਿੱਚ ਵਿਚਾਲੇ ਜਿਹੇ ਘੱਟ ਗਏ। ਚਲੋ ਖੈਰ, ਲਓ ਜੀ, ਪਿਆਰ ਦੇ ਵਿੱਚ ਕਈ ਤਰ੍ਹਾਂ ਦੇ ਪਿਆਰ ਦੇਖੇ ਤੁਸੀਂ। ਹੀਰ ਰਾਂਝੇ ਦਾ, ਸੱਸੀ ਪੁੰਨੂ, ਅੱਜ ਕੱਲ੍ਹ ਦੇ ਪਿਆਰ ਦੀ ਗੱਲ ਕਰੀਏ ਤਾਂ ਪਿਆਰ ਦੇ ਵਿੱਚ ਅਕਸਰ ਬੰਦਾ ਕਹਿੰਦਾ ਮੈਂ ਤੇਰੇ ਲਈ ਚੰਨ ਤੋਂ ਤਾਰੇ ਤੋੜ ਲਿਆਊਂਗਾ। ਉਹ ਵਿਆਹ ਤੋਂ ਪਹਿਲਾਂ ਹੀ ਕਹਿੰਦਾ, ਪਰ ਬਾਅਦ 'ਚ ਨਹੀਂ ਕਹਿੰਦਾ, ਵਿਆਹ ਤੋਂ ਪਹਿਲਾਂ ਹੀ ਕਹਿੰਦਾ। ਬਾਅਦ ਦੇ ਵਿੱਚ ਤਾਂ ਤਾਰੇ ਤੁਰੇ ਜੇ ਬਹੁਤ ਦੂਰ ਹੋਏ ਤਾਂ ਤਾਰੇ ਦਿਸਣੋਂ ਹਟ ਜਾਂਦੇ ਆ, ਦਿਸਣੋਂ ਕੀ ਹਟ ਜਾਂਦੇ, ਦਿਨੇ ਤਾਰੇ ਦਿਖਣ ਲੱਗ ਪੈਂਦੇ ਵਿਆਹ ਤੋਂ ਬਾਅਦ, ਤਾਂ ਵਿਆਹ ਤੋਂ ਪਹਿਲਾਂ ਪਹਿਲਾਂ ਦੀ ਗੱਲ ਹੁੰਦੀ ਆ। ਅਤੇ ਕੋਈ ਕਹਿੰਦਾ ਜੀ ਵਿਆਹ ਦੇ ਵਿੱਚ ਚੰਨ ਤੋਂ ਤਾਰੇ ਤੋੜ ਲਿਆਂਦੇ, ਕਿਸੇ ਨੇ ਮੱਝਾਂ ਚਾਰੀਆਂ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਪਹਾੜ ਕੱਟਤਾ। ਅਤੇ ਜੇ ਇਹ ਕਹੀਏ ਕਿਸੇ ਨੇ ਪਿਆਰ 'ਚ ਪੈਰ ਕੱਟਤਾ ਤਾਂ ਬੜੀ ਹੈਰਾਨੀ ਵਾਲੀ ਗੱਲ ਹੋਊਗੀ। ਖਬਰ ਵੈਸੇ ਦਰਦਨਾਕ ਜੀ ਹੈ ਥੋੜ੍ਹੀ ਜਿਹੀ, ਇੰਨੀ ਫਨੀ ਨਹੀਂ ਹੈਗੀ, ਪਰ ਇਹ ਹੈਰਾਨੀ ਵਾਲੀ ਜ਼ਰੂਰ ਹੈ ਕਿ ਬੰਦੇ ਨੇ ਇੱਦਾਂ ਕਿਉਂ ਕੀਤਾ, ਵੀ ਘਰ ਵਾਲੀ ਨੇ ਇੱਦਾਂ ਕਿਉਂ ਕਰਨ ਦਿੱਤਾ। ਅਸਲ 'ਚ ਇੱਕ ਬੰਦੇ ਦਾ, ਗਰੀਬ ਕਿਸਾਨ ਹੈਗਾ ਉਹ ਚੀਨ ਦਾ, ਚੀਨ ਦੇ ਵਿੱਚ, ਯੋਂਗ ਜਾਨ ਲਿਆਂਗ ਇਹਦਾ ਨਾਮ ਹੈ, ਉਹਦੇ ਪੈਰ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਆ ਗਈ, ਆਪਰੇਸ਼ਨ ਕਰਨਾ ਪੈਣਾ ਸੀ, ਆਪਰੇਸ਼ਨ ਯੋਗ ਪੈਸੇ ਹੈਨੀ ਸੀ। 2011 ਦੀ ਗੱਲ ਹੈ, ਅਤੇ ਘਰ ਵਾਲੀ ਉਹਦੇ ਕੋਲ ਦੇਖ ਨਹੀਂ ਹੁੰਦਾ, ਉਹਨੂੰ ਟੈਨਸ਼ਨ 'ਚ ਰਹਿਣ ਲੱਗ ਪਈ ਵੀ ਇਹਦਾ ਆਪਰੇਸ਼ਨ ਕਰਨ ਜੋਗੇ ਸਾਡੇ ਕੋਲ ਪੈਸੇ ਹੈ ਨਹੀਂ, ਕਰੀਏ ਕੀ, ਕਰੀਏ ਕੀ, ਕਰੀਏ ਕੀ, ਕਰੀਏ ਕੀ। ਉਹਨੂੰ ਵਿਚਾਰੇ ਨੂੰ ਰਾਤ ਨੂੰ ਨੀਂਦ ਨਾ ਆਉਣੀ, ਤੱਕ ਦਿਨ ਜਦੋਂ ਘਰ ਵਾਲੀ ਸੁੱਤੀ ਪਈ ਸੀ ਅਤੇ ਉਹਨੇ ਆਰੀ ਜੀ ਲੈ ਕੇ ਅਤੇ ਆਪਣਾ ਪੈਰ ਉਹਨਾਂ ਆਪ ਕੱਟਤਾ। ਫਿਰ ਜਦੋਂ ਦਰਦ ਹੋਇਆ ਤਾਂ ਫਿਰ ਘਰ ਨੂੰ ਉਠਾਇਆ, ਤਾਂ ਉਹਨੇ ਪਹਿਲਾਂ ਤਾਂ ਗਾਲਾਂ ਹੀ ਕੱਢੀਆਂ, ਫਿਰ ਵਿਚਾਰੀ ਹਸਪਤਾਲ ਲੈ ਗਈ। ਪਰ ਉਹ ਕਹਿੰਦਾ ਵੀ ਮੈਨੂੰ, ਤੈਨੂੰ ਪਿਆਰ ਇੰਨਾ ਕਰਦਾ, ਮੈਂ ਤੈਨੂੰ ਦੁਖੀ ਨਹੀਂ ਦੇਖ ਸਕਦਾ। ਅਤੇ ਉਹ ਕਹਿੰਦੀ ਵੀ ਪਤੰਦਰਾ, ਪਹਿਲਾਂ ਚਲੋ ਘੱਟ ਦੁਖੀ ਸੀ, ਆ ਹੁਣ ਤੂੰ ਵੱਧ ਦੁਖੀ ਕਰਤਾ, ਪਹਿਲਾਂ ਮਾੜਾ ਮਾੜਾ ਤੁਰਿਆ ਫਿਰਦਾ ਅਤੇ ਹੁਣ ਤੱਕ ਤੁਰ ਵੀ ਨਹੀਂ ਹੋਣਾ। ਸੋ ਇਹ ਇੱਕ ਵੱਖਰੀ ਜਿਹੀ ਖਬਰ ਸੀਗੀ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਅੱਛਾ, ਇੱਕ ਅਜੀਬ ਅਜੀਬ ਜਿਹੀਆਂ ਧਾਰਨਾਵਾਂ ਸੀ ਸਾਡੇ ਪੰਜਾਬ ਦੀਆਂ, ਤਾਂ ਖੈਰ ਘੱਟ ਹੈਗੀਆਂ, ਯੂਪੀ ਦੀਆਂ, ਬਿਹਾਰ ਦੀਆਂ, ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ। ਅਜੀਬ ਅਜੀਬ ਜਿਹੀਆਂ ਪਰੰਪਰਾਵਾਂ, ਅਜੀਬ ਅਜੀਬ ਜਿਹੇ ਵਿਆਹ, ਅਜੀਬ ਅਜੀਬ ਜਿਹੇ ਕਈ ਸ਼ੁਰੂ ਕੀਤੇ। ਇੱਕ ਯੂਪੀ ਦੇ ਗੋਰਖਪੁਰ ਦੇ ਰਾਏਗੰਜ ਵਿੱਚ ਹਸਪਤਾਲ ਹੈ, ਕਹਿੰਦੇ ਉੱਥੇ ਉਹ 'ਚ ਡਾਕਟਰ ਹੈ ਨਹੀਂ, ਭੂਤ ਇਲਾਜ ਕਰਦੇ ਆ। ਮੈਂ ਬੜਾ ਹੈਰਾਨ ਹੋਇਆ, ਭੂਤ ਕਿਵੇਂ ਇਲਾਜ ਕਰਦੇ ਆ? ਉਹ ਕਹਿੰਦੇ ਜੀ ਉੱਥੇ ਡਾਕਟਰ ਟਾਈਪ ਤਾਂਤਰਿਕ ਆ, ਉਹਦੇ 'ਚ ਡਾਕਟਰ ਹੈਗਾ, ਡਾਕਟਰ ਹੀ ਹੈ, ਡਾਕਟਰ ਅਜੀਬ ਜਿਹਾ ਡਾਕਟਰ ਹੈ। ਉਹਦੇ ਕੋਲ ਜਿਹੜਾ ਮਰੀਜ਼ ਆਉਂਦਾ ਉਹਨੂੰ ਕਹਿੰਦਾ ਵੀ ਸਾਹਮਣੇ ਹਸਪਤਾਲ ਦੇ ਇੱਕ ਜਿਹੜਾ ਆਹ ਚਿੱਕੜ ਨਾਲ ਭਰਿਆ ਹੋਇਆ ਟੋਆ ਜਿਹਾ ਹੈਗਾ, ਮਿੱਟੀ ਮਿੱਟੀ ਉਹਦੇ 'ਚ ਪਈ ਆ, ਪਾਣੀ ਪਿਆ, ਚਿੱਕੜ ਬਹੁਤ ਹੈ।
ਜਿਹੜਾ ਮਰੀਜ਼ ਆਉਂਦਾ ਉਹਦੀ ਨਬਜ਼ ਦੇਖ ਕੇ ਅਤੇ ਉਹਨੂੰ ਮੁੜ ਕੇ ਕਹਿੰਦਾ ਵੀ ਇਹ 'ਚ ਛਾਲ ਮਾਰ ਦੇ। ਉਹ ਕਹਿੰਦੇ ਜੀ ਛਾਲ ਮਾਰ ਦੇ, ਇਹਨਾਂ ਕੋ ਇਲਾਜ, ਉਹ ਕਹਿੰਦੇ ਇਲਾਜ ਇਹਦੇ 'ਚ ਭੂਤ ਪ੍ਰੇਤ ਬੈਠੇ ਨੇ, ਉਹ ਤੇਰਾ ਇਲਾਜ ਕਰਨਗੇ। ਦੇਖੋ ਇਹੋ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਵਾਲੀ ਪੁਰਾਣੀ ਖਬਰ ਨਹੀਂ ਹੈਗੀ, ਅੱਜ ਦੇ ਯੁੱਗ ਦੀ ਖਬਰ ਆ ਇਹ ਵੀ ਇਲਾਜ ਭੂਤ ਪ੍ਰੇਤ ਕਰਦੇ। ਵੈਸੇ ਤਾਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਬਾਬੇ ਨੇ, ਹਜ਼ਾਰਾਂ ਬਾਬੇ ਜਿਹੜੇ ਹੈਗੇ ਨੇ ਡੇਰਿਆਂ ਵਾਲੇ, ਉਹ ਵੀ ਇੱਦਾਂ ਇਲਾਜ ਕਰਦੇ ਨੇ, ਉਹ ਵੀ ਭੂਤ ਪ੍ਰੇਤ ਕੱਢਦੇ ਨੇ। ਪਰ ਗੋਰਖਪੁਰ ਦੀ ਗੱਲ ਕਰੀਏ ਤਾਂ ਇਹ ਅਜੀਬ ਜਿਹੀ ਪਰੰਪਰਾ ਹੈਗੀ ਆ, ਔਰ ਲੋਕਾਂ ਦਾ ਕਹਿਣਾ ਵੀ ਸ਼ਾਇਦ ਠੀਕ ਵੀ ਹੋ ਜਾਂਦੇ ਹੋਣਗੇ, ਇਹਦੇ ਬਾਰੇ ਕੋਈ ਬਾਹਲੀ ਪੱਕੀ ਗੱਲ ਨਹੀਂ ਹੈਗੀ। ਲਓ ਜੀ ਅਗਲੀ ਖਬਰ ਵੀ ਸਾਡੇ ਮੇਰੇ ਭਾਰਤ ਮਹਾਨ ਦੀ ਹੈ। ਆਹ ਹਾ 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 ਝਾਰਖੰਡ ਦੀ ਖਬਰ ਹੈ। ਗਰੀਡੀਹੀ ਕੋਈ ਸ਼ਹਿਰ ਪੈਂਦਾ, ਪਿੰਡ ਪੈਂਦਾ ਜਾਂ ਸ਼ਹਿਰ ਪੈਂਦਾ, ਆਮ ਤੌਰ 'ਤੇ ਆਪਾਂ ਦੇਖਿਆ ਹੈ ਵੀ ਕੋਈ ਬੰਦਾ ਕਿਸੇ ਨੂੰ ਕਹੇ ਵੀ ਤੂੰ ਬੇਵਕੂਫ ਹੈ ਤਾਂ ਅਗਲਾ ਗੁੱਸਾ ਕਰ ਜਾਂਦਾ ਹੈ। ਠੀਕ ਹੈ ਜੀ, ਬੇਵਕੂਫ ਬਹੁਤ ਘੱਟ ਲੋਕ ਕਹਾ ਕੇ ਖੁਸ਼ ਨੇ, ਹਾਲਾਂਕਿ ਹੁੰਦੇ ਹੈਗੇ ਆ, ਪਰ ਜੇ ਕੋਈ ਉਹਨਾਂ ਨੂੰ ਕਹਿ ਦੇ ਤਾਂ ਉਹ ਗੁੱਸਾ ਕਰ ਜਾਂਦੇ ਆ। ਬੇਵਕੂਫ ਅਕਸਰ ਉਸ ਨੂੰ ਬੰਦੇ ਨੂੰ ਕਿਹਾ ਜਾਂਦਾ ਜਿਹੜਾ ਆਪਣੀ ਸਮਝ ਤੋਂ ਕੰਮ ਨਹੀਂ ਲੈਂਦਾ, ਅਤੇ ਜਿਹੜਾ ਕਿ ਮਤਲਬ ਕਿ ਹੁਣ ਸਮਝ ਨਹੀਂ, ਬੇਵਕੂਫ ਤਾਂ ਮੈਨੂੰ ਆਪ ਬਾਹਲੀ ਸਮਝ ਨਹੀਂ ਆਉਂਦੀ, ਕਿਉਂਕਿ ਬੇਵਕੂਫ ਤਾਂ ਬੇਵਕੂਫ ਹੀ ਹੁੰਦਾ ਨਾ। ਪਰ ਜੇ ਇਹ ਕਹੀਏ ਵੀ ਕਿਤੇ ਕੋਈ ਰੈਸਟੋਰੈਂਟ ਜਿਹੜਾ ਹੈਗਾ ਜਾਂ ਕਿਤੇ ਕੋਈ ਹੋਟਲ ਜਿਹੜਾ ਹੈਗਾ ਉਹ ਹੀ ਬੇਵਕੂਫ ਦੇ ਨਾਂ 'ਤੇ ਬਣਿਆ ਹੋਇਆ, ਤਾਂ ਬੜੀ ਹੈਰਾਨੀ ਹੋਊਗੀ। ਝਾਰਖੰਡ ਦੇ ਵਿੱਚ ਆ, ਦਿਖਾਓ ਜਿਮੀ ਸਾਹਿਬ ਫੋਟੋ। ਬੇਵਕੂਫ ਨੰਬਰ 1 ਹੋਟਲ ਹੈ, ਰੈਸਟੋਰੈਂਟ। ਲਓ ਜੀ, ਇੱਕ ਤਾਂ ਤਰੀਕਾ ਇਹ ਹੁੰਦਾ ਹੈ ਕਿ ਬੰਦਾ ਹਾਈਲਾਈਟ ਕਰਨ ਦਾ ਮਾਰਾ, ਚਰਚਾ ਬਚਾਉਣ ਦਾ ਮਾਰਾ ਇਹੋ ਜਿਹਾ ਨਾਮ ਰੱਖਦਾ। ਪਰ ਇਸ ਹੋਟਲ ਦਾ ਨਾਮ ਇਹੋ ਜਿਹੇ ਹੁਣ ਉੱਥੇ ਬਹੁਤ ਨੇ, ਝਾਰਖੰਡ ਦੇ ਵਿੱਚ ਬੇਵਕੂਫ ਨਾਂ ਦੇ ਬਹੁਤ ਹੋਟਲ ਨੇ। ਕੋਈ ਬੇਵਕੂਫ ਨੰਬਰ 1 ਹੈ, ਕੋਈ ਬੇਵਕੂਫ ਨੰਬਰ 2 ਹੈ, ਕੋਈ ਬੇਵਕੂਫ ਟੌਪ ਹੈ, ਕੋਈ ਬੇਵਕੂਫ ਕੁਛ ਹੈ, ਇੱਦਾਂ ਦੇ ਬੜੇ ਖੁੱਲ੍ਹੇ ਹੋਏ ਰੈਸਟੋਰੈਂਟ ਖੁੱਲ੍ਹੇ ਹੈ। ਕਾਰਨ ਉਹਦਾ ਇਹ ਦੱਸਦੇ ਵੀ 1970 ਦੀ ਗੱਲ ਹੈ, ਪਹਿਲਾ ਰੈਸਟੋਰੈਂਟ ਉੱਥੇ ਗੋਪੀ ਰਾਮ ਨਾਂ ਦੇ ਬੰਦੇ ਨੇ ਖੋਲ੍ਹਿਆ ਸੀ। ਉਸ ਤੋਂ ਪਹਿਲਾਂ ਉਹਦੇ ਦੱਸਣ ਮੁਤਾਬਕ ਉਸ ਤੋਂ ਪਹਿਲਾਂ ਨਾ ਉਹ ਉੱਥੇ ਵੈਸੇ ਹੀ ਥੱਲੇ ਲਾ ਕੇ ਸਬਜ਼ੀ, ਦਾਲ, ਰੋਟੀ, ਚੌਲ, ਕਚਹਿਰੀਆਂ ਨੇੜੇ ਪੈਂਦੀਆਂ, ਅਤੇ ਉੱਥੇ ਉਹ ਲਾ ਕੇ 40 ਪੈਸੇ ਦਾ 1970 ਦੇ ਵਿੱਚ ਉਹ ਰੋਟੀ ਰੂਟੀ ਦਿੰਦਾ ਹੁੰਦਾ ਸੀ, ਦਾਲ ਚੌਲ ਜਾਂ ਕੁਛ ਜੋ ਵੀ ਦਿੰਦਾ ਸੀਗਾ, ਅਤੇ ਕਚਹਿਰੀਆਂ ਨੇੜੇ ਪੈਂਦੀਆਂ, ਅਤੇ ਕਈ ਵਕੀਲ ਜਿਹੜੇ ਹੈਗੇ ਨੇ ਉਹ ਰੋਟੀ ਖਾ ਜਾਂਦੇ ਸੀ, ਉਹ ਕੋਲ ਜਾ ਕੇ ਤਾਂ ਮੁੜ ਕੇ ਪੈਸੇ ਨਹੀਂ ਸੀ ਦਿੰਦੇ। ਉਹ ਵਿਚਾਰਾ ਚੰਗਾ ਸੀ, ਮੰਗਦਾ ਵੀ ਨਹੀਂ ਸੀ, ਉਹਨੇ ਮੰਗਣਾ ਵੀ ਨਾ, ਅਤੇ ਜਦੋਂ ਬਾਹਰ ਜਾ ਕੇ ਉਹਨਾਂ ਨੇ ਆਪਸ ਵਿੱਚ ਗੱਲਾਂ ਕਰਨੀਆਂ, ਬੜਾ ਬੇਵਕੂਫ ਬੰਦਾ, ਬੜਾ ਬੇਵਕੂਫ ਬੰਦਾ। ਦੇਖੋ ਰੋਟੀ ਆਪਾਂ ਖਾਧੀ, ਆਪਾਂ ਪੈਸੇ ਨਹੀਂ ਦੇ ਗਏ, ਆਪਾਂ ਨੂੰ ਕੁਛ ਕਿਹਾ ਹੀ ਨਹੀਂ, ਬੜਾ ਬੇਵਕੂਫ ਬੰਦਾ। ਅਤੇ ਜਦੋਂ ਉਹਨੂੰ ਕਿਸੇ ਨੇ ਦੱਸਿਆ ਵੀ ਤੈਨੂੰ ਇੱਦਾਂ ਲੋਕ ਬਾਹਰ ਬੇਵਕੂਫ ਕਹਿੰਦੇ ਨੇ ਵੀ ਤੂੰ ਰੋਟੀ ਲੈ ਕੇ ਖਾ ਕੇ ਪੈਸੇ ਨਹੀਂ ਦਿੰਦਾ, ਲੈਂਦਾ ਨਹੀਂ ਪੈਸੇ ਲੋਕਾਂ ਕੋਲੋਂ, ਅਤੇ ਉਹਨੂੰ ਜਦੋਂ ਪਤਾ ਲੱਗਾ ਤਾਂ ਫਿਰ ਉਹਨੇ ਪਹਿਲਾਂ ਇੱਕ ਛੋਟਾ ਜਿਹਾ ਫੱਟਾ ਉੱਥੇ ਲਾਇਆ, ਬੇਵਕੂਫ ਦਾ ਢਾਬਾ, ਬੇਵਕੂਫ ਕਾ ਢਾਬਾ ਲਿਖਿਆ ਹੋਗਾ ਉਸਨੇ ਤੋਂ। ਅਤੇ ਫਿਰ ਉਹਨੇ ਉੱਥੇ ਰੈਸਟੋਰੈਂਟ ਜਦੋਂ ਖੋਲ੍ਹਿਆ ਤਾਂ ਉਹਦਾ ਨਾਮ ਵੀ ਰੱਖਿਆ ਬੇਵਕੂਫ ਨੰਬਰ 1। ਜੇ ਕੋਈ ਪੁੱਛੇ ਵੀ ਕਿੱਥੇ ਖਾਣਾ ਖਾਣ ਜਾਣਾ ਤਾਂ ਉਹ ਕਹਿੰਦੇ ਬੇਵਕੂਫ ਨੰਬਰ 1 ਉੱਥੇ ਜਾਣਾ, ਪਤਾ ਲੱਗਿਆ ਜੀ ਉੱਥੇ ਖਾਣ ਵੀ ਬੇਵਕੂਫ ਜਾਂਦੇ। ਵੈਸੇ ਇਹ ਤਾਂ ਭਾਰਤ ਦੀ ਗੱਲ ਹੈ, ਇਹੋ ਜਿਹੇ ਅਜੀਬੋ ਗਰੀਬ ਜਿਹਾ ਨਾਮ ਹੁੰਦੇ ਹੀ ਆ। ਅਤੇ ਇੱਥੇ ਵੀ ਹੈਗਾ ਨਿਊਯਾਰਕ, ਅਸੀਂ ਸਾਡੇ ਜਸ ਪੰਜਾਬੀ ਦੇ ਦਫ਼ਤਰ ਦੇ ਕੋਲ ਇੱਕ ਸੀਗਾ ਡੌਂਕੀ ਰੈਸਟੋਰੈਂਟ ਦਾ ਨਾਂ ਸੀ ਡੌਂਕੀ, ਖੋਤਾ ਖੋਤਾ ਰੈਸਟੋਰੈਂਟ, ਦੱਸੋ। ਅਤੇ ਇਹੋ ਜਿਹੇ ਅਜੀਬ ਅਜੀਬ ਨਾਮ, ਜਿੰਮੀ ਕਹਿੰਦਾ ਡੌਂਕੀ ਖਾ ਕੇ ਆਇਆ, ਜਿੰਮੀ ਕਵੀ ਮੈਡ ਡੌਂਕੀ, ਮੈਡ ਡੌਂਕੀ, ਬਿਲਕੁਲ ਬਿਲਕੁਲ ਬਿਲਕੁਲ, ਉਹ ਰੈਸਟੋਰੈਂਟ ਦਾ ਨਾਮ ਮੈਡ ਡੌਂਕੀ, ਯਾਨੀ ਕਿ ਪਾਗਲ ਖੋਤਾ। ਅਤੇ ਪਾਗਲ ਖੋਤਾ ਇਹੋ ਜਿਹੇ ਰੈਸਟੋਰੈਂਟ ਨਾਮ ਇੱਥੇ ਵੀ ਹੈਗੇ ਨੇ। ਚਲੋ ਖੈਰ, ਆਪਾਂ ਨੂੰ ਬ੍ਰੇਕ ਲੈਣੀ ਪੈਣੀ ਆ, ਬਾਕੀ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ, ਅਤੇ ਬ੍ਰੇਕ ਤੋਂ ਬਾਅਦ ਆਪਾਂ ਵਿਸ਼ੇ ਵਾਲੇ ਪਾਸੇ ਜਾਣਾ। ਅਤੇ ਵਿਸ਼ਾ ਜਿਵੇਂ ਆਮ ਹੁੰਦਾ ਹੈ ਆਪਣੇ ਪੰਜਾਬ ਦਾ ਹੀ ਹੁੰਦਾ ਹੈ, ਪੰਜਾਬ ਦੇ ਲੋਕਾਂ ਦਾ ਹੁੰਦਾ, ਤੁਹਾਡਾ ਹੁੰਦਾ, ਸਾਡਾ ਹੁੰਦਾ, ਇਹੋ ਜਿਹੇ ਵਿਸ਼ਾ ਅੱਜ ਹੋਊਗਾ। ਪਰ ਮੇਨ ਮਕਸਦ ਜਿਹੜਾ ਸਾਡਾ ਇੱਕ ਘੰਟਾ ਹੈ ਗੱਲਾਂ ਬਾਤਾਂ ਕਰਨ ਦਾ, ਇਹ ਹੁੰਦਾ ਹੈ ਕਿ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਚਲੋ ਟਾਈਮ ਥੋੜ੍ਹਾ ਚੰਗਾ ਪਾਸ ਹੋ ਜਾਏ। ਵੈਸੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਿੱਥੇ ਵੀ ਜਾਈਦਾ। ਅੱਜ ਵੀ ਮੈਂ ਇੱਧਰੋਂ ਸਟੋਕਟਨ, ਲੈਥਰੋਪ ਸਾਰੇ ਜਾ ਕੇ ਆਇਆ, ਉੱਥੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਆਏ ਹਾਂ, ਗੱਲਾਂ ਬਾਤਾਂ ਕਰਕੇ ਆਏ ਹਾਂ। ਤਾਂ ਤੁਸੀਂ ਪਸੰਦ ਕਰਦੇ ਹੋ, ਤੁਹਾਡੀ ਫੀਡਬੈਕ ਮਿਲਦੀ ਹੈ, ਚੰਗਾ ਲੱਗਦਾ। ਫਿਰ ਵੀ ਕੋਸ਼ਿਸ਼ ਕਰਾਂਗੇ ਹੋਰ ਵਧੀਆ ਪ੍ਰੋਗਰਾਮ ਜਿਹੜੇ ਤੁਹਾਡੇ ਰੂਬਰੂ ਪੇਸ਼ ਕਰੀਏ। ਪਰ ਫਿਲਹਾਲ ਵੇਖ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ।